ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਅਮਰਜੀਤ ਸਿੰਘ ਅਤੇ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਪ੍ਰਦੂਸ਼ਣ ਜਨਤਾ ਨੂੰ ਤਕਲੀਫ ਦੇਣ ਵਾਲੀ ਸਮੱਸਿਆ ਹੈ। ਦਿੱਲੀ ਸਰਕਾਰ ਵੱਲੋਂ ਕੇਂਦਰ ਤੋਂ ਮਿਲੀਆਂ ਰਕਮਾਂ ਕਿਸਾਨਾਂ ਨੂੰ ਦੇਣ ਦੀ ਥਾਂ 'ਤੇ ਇਸ਼ਤਿਹਾਰਬਾਜ਼ੀ 'ਤੇ ਖਰਚ ਕਰਨ 'ਤੇ ਹੈਰਾਨੀ ਪ੍ਰਗਟਾਈ। ਦਿੱਲੀ 'ਚ ਓਡ ਈਵਨ ਸਕੀਮ ਸ਼ੁਰੂ, ਪਾਬੰਦੀਆਂ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਲਾਗੂ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ। ਭਲਕੇ ਤੋਂ 1,500 ਬੱਸਾਂ ਰੋਜ਼ਾਨਾ ਸੁਲਤਾਨਪੁਰ ਲੋਧੀ ਲਈ ਚੱਲਣਗੀਆਂ। ਕੌਮਾਂਤਰੀ ਮੁਦਰਾ ਕੋਸ਼ ਨੇ ਕਿਹਾ ਕਿ ਦੱਖਣ ਏਸ਼ੀਆ ਭਾਰਤ ਦੀ ਅਗਵਾਈ ਵਿੱਚ ਕੌਮਾਂਤਰੀ ਵਿਕਾਸ ਦਾ ਕੇਂਦਰ ਬਣਨ ਦੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਲਕਸ਼ਾ ਸੇਨ ਨੇ ਜਰਮਨੀ 'ਚ ਹੋਏ ਓਪਨ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤਿਆ। ਤੇ ਹੁਣ ਖਬਰਾਂ ਵਿਸਥਾਰ ਨਾਲ। ਵਾਤਾਵਰਣ ਅਤੇ ਪੌਣ ਪਾਣੀ 'ਚ ਤਬਦੀਲੀ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਪ੍ਰਦੂਸ਼ਣ ਜਨਤਾ ਨੂੰ ਤਕਲੀਫ ਦੇਣ ਵਾਲੀ ਸਮੱਸਿਆ ਹੈ। ਨਵੀਂ ਦਿੱਲੀ ਤੋਂ ਵਾਤਾਵਰਣ ਪ੍ਰਦੂਸ਼ਣ ਬਾਰੇ ਜਾਰੀ ਇੱਕ ਬਿਆਨ 'ਚ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇਸ ਸਮੱਸਿਆ ਨਾਲ ਨਜਿੱਠਣ ਲਈ ਕੱਲ੍ਹ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮੀਟਿੰਗ 'ਚ 3 ਸੂਬਿਆਂ ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਆਪੋ ਆਪਣੇ ਸੂਬਿਆਂ 'ਚ ਰੋਜ਼ਾਨਾ ਨਜ਼ਰਸਾਨੀ ਕਰਨ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਪ੍ਰਦੂਸ਼ਣ ਜਾਰੀ ਕੀਤੇ ਸਨ। ਕੇਂਦਰੀ ਮੰਤਰੀ ਨੇ ਇਸ ਗੱਲ 'ਤੇ ਹੈਰਾਨੀ ਜਿਤਾਈ ਕਿ ਦਿੱਲੀ ਸਰਕਾਰ 1,500 ਕਰੋੜ ਰੁਪਏ ਸਿਰਫ਼ ਇਸ਼ਤਿਹਾਰਬਾਜ਼ੀ 'ਤੇ ਹੀ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਇਸ਼ਤਿਹਾਰਾਂ ਦੀ ਥਾਂ 'ਤੇ ਇਹ ਪੈਸਾ ਕਿਸਾਨਾਂ ਨੂੰ ਕਿਉਂ ਨਹੀਂ ਦਿੱਤਾ? ਪੋਲਿਊਸ਼ਨ ਇਹ ਜਨਤਾ ਕੋ ਤਕਲੀਫ ਦੇਣ ਵਾਲੀ ਇੱਕ ਸਹੀ ਸਮੱਸਿਆ ਹੈ। ਸੀਪੀਸੀਬੀ ਨੇ ਜਿਤਨੇ ਆਦੇਸ਼ ਦਿਏ ਹੈ, ਦਿੱਲੀ ਸਰਕਾਰ ਉਹ ਦੇਖੇ ਔਰ ਉਸਮੇ ਸੇ ਕਿਤਨੇ ਕਾ ਪਾਲਨ ਕੀਆ ਹੈ ਯੇ ਬਤਾਏ। ਔਰ ਵੋ ਕਹਿ ਰਹੇ ਕਿ ਔਰ ਮਸ਼ੀਨ ਕਿਉਂ ਨਹੀਂ ਦੇ ਰਹੇ, 22 ਲੱਖ ਕਿਸਾਨ ਹੈ ਤੋ 40,000 ਮਸ਼ੀਨ ਕਿਉਂ ਦੇ ਰਹੇ, ਤੋ ਹਮਨੇ ਤੋ 1100 ਕਰੋੜ ਦੀਏ, ਯੇ 1500 ਕਰੋੜ ਰੁਪਏ ਐਡਵਰਟੀਜ਼ਮੈਂਟ ਮੇ ਬੇਕਾਰ ਕਰਨੇ ਕੇ ਬਜਾਏ, ਦਿੱਲੀ ਸਰਕਾਰ ਦਿੱਲੀ ਕਾ ਪ੍ਰਦੂਸ਼ਣ ਕਮ ਹੋਣੇ ਕੇ ਲੀਏ 1500 ਕਰੋੜ ਕਿਸਾਨੋ ਕੋ ਕਿਉਂ ਨਹੀਂ ਦੇਤੀ? ਕੌਮੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਲੀ ਜੋਟਾ ਸਕੀਮ ਅੱਜ ਤੋਂ ਲਾਗੂ ਹੋ ਗਈ ਹੈ। 12 ਦਿਨਾਂ ਤੱਕ ਚੱਲਣ ਵਾਲੀ ਇਹ ਸਕੀਮ 15 ਨਵੰਬਰ ਤੱਕ ਜਾਰੀ ਰਹੇਗੀ। ਇਹ ਯੋਜਨਾ ਐਤਵਾਰ ਨੂੰ ਛੱਡ ਕੇ ਬਾਕੀ ਦਿਨਾਂ ਵਿੱਚ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਲਾਗੂ ਰਹੇਗੀ। ਰਾਸ਼ਟਰਪਤੀ, ਉਪ ਰਾਸ਼ਟਰਪਤੀ, ਸੂਬਿਆਂ ਦੇ ਰਾਜਪਾਲ, ਭਾਰਤ ਦੇ ਚੀਫ਼ ਜਸਟਿਸ, ਲੋਕ ਸਭਾ ਸਪੀਕਰ, ਕੇਂਦਰੀ ਮੰਤਰੀਆਂ, ਰਾਜ ਸਭਾ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂਆਂ, ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਨੂੰ ਇਸ ਵਿੱਚ ਛੋਟ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਤੇ ਉਸ ਦੇ ਮੰਤਰੀ ਮੰਡਲ 'ਚ ਸ਼ਾਮਲ ਹੋਰਨਾਂ ਆਗੂਆਂ ਦੀਆਂ ਗੱਡੀਆਂ ਨੂੰ ਇਹ ਛੋਟ ਨਹੀਂ ਦਿੱਤੀ ਗਈ ਹੈ। ਯੋਜਨਾ ਦੇ ਦੌਰਾਨ ਇਹ ਪਾਬੰਦੀਆਂ 2-ਪਹੀਆ ਵਾਹਨਾਂ, ਹੰਗਾਮੀ ਡਾਕਟਰੀ ਸੇਵਾਵਾਂ ਲਈ ਵਰਤੀਆਂ ਜਾਣ ਵਾਲੀਆਂ ਗੱਡੀਆਂ, ਔਰਤਾਂ ਅਤੇ ਸਕੂਲੀ ਬੱਚਿਆਂ ਨੂੰ ਲਿਜਾ ਰਹੀਆਂ ਗੱਡੀਆਂ 'ਤੇ ਲਾਗੂ ਨਹੀਂ ਹੋਣਗੀਆਂ। ਇਸ ਦੌਰਾਨ ਦਿੱਲੀ 'ਚ 2,000 ਵਾਧੂ ਬੱਸਾਂ ਚਲਾਈਆਂ ਜਾਣਗੀਆਂ। ਯਾਤਰੀਆਂ ਦੀ ਸਹੂਲਤ ਲਈ ਬੇੜੇ 'ਚ ਸ਼ਾਮਲ ਸਾਰੀਆਂ ਕਲਸਟਰ ਅਤੇ DTC ਬੱਸਾਂ ਨੂੰ ਕੰਮ 'ਤੇ ਲਗਾਇਆ ਗਿਆ ਹੈ। ਦਿੱਲੀ ਮੈਟਰੋ ਵੱਲੋਂ ਇਹਨਾਂ 12 ਦਿਨਾਂ ਦੀ ਯੋਜਨਾ ਦੌਰਾਨ 61 ਵਾਧੂ ਫੇਰੇ ਲਗਾਏ ਜਾਣ ਅਤੇ ਦਿੱਲੀ ਸਰਕਾਰ ਵੱਲੋਂ ਇਸ ਦੌਰਾਨ ਆਪਣੇ ਦਫ਼ਤਰਾਂ 'ਚ ਕੰਮਕਾਜੀ ਘੰਟਿਆਂ ਵਿੱਚ ਵੀ ਡਾਕਟਰਾਂ ਲਈ ਸਵੇਰੇ 9:30 ਤੋਂ ਸ਼ਾਮ 6 ਵਜੇ ਤੱਕ ਅਤੇ ਸਵੇਰੇ 10:30 ਤੋਂ ਸ਼ਾਮ 7 ਵਜੇ ਤੱਕ ਦੇ 2 ਸਮੇਂ ਨਿਰਧਾਰਿਤ ਕੀਤੇ ਗਏ ਨੇ। ਕੌਮੀ ਰਾਜਧਾਨੀ ਦਿੱਲੀ 'ਚ ਪੈਂਦੇ ਨਿੱਜੀ ਦਫ਼ਤਰ ਇਹਨਾਂ ਹੁਕਮਾਂ ਦੇ ਘੇਰੇ 'ਚ ਨਹੀਂ ਆਉਣਗੇ। ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਪੀਣ ਵਾਲੇ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਖਾਰੇ ਪਾਣੀ ਨੂੰ ਮਿੱਠੇ ਪਾਣੀ 'ਚ ਬਦਲਣ ਦੀ ਤਕਨੀਕ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ। IIT ਚੇਨਈ 'ਚ ਇੱਕ ਸਮਾਗਮ ਦੌਰਾਨ ਬੋਲਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਖਾਰੇ ਪਾਣੀ ਨੂੰ ਮਿੱਠੇ ਪਾਣੀ 'ਚ ਬਦਲਣ ਦੀ ਮੌਜੂਦਾ ਤਕਨੀਕ ਕਾਫ਼ੀ ਖਰਚੀਲੀ ਦੱਸੀ ਜਾ ਰਹੀ ਹੈ। ਉਹਨਾਂ ਵਿਗਿਆਨੀਆਂ ਨੂੰ ਇਸ ਤਕਨੀਕ ਨੂੰ ਕਿਫਾਇਤੀ ਬਣਾਉਣ ਦਾ ਸੱਦਾ ਦਿੱਤਾ। ਸ਼੍ਰੀ ਨਾਇਡੂ ਨੇ ਕੌਮੀ ਖੋਜ ਸੰਗਠਨ ਵੱਲੋਂ ਡੂੰਘੇ ਸਮੁੰਦਰ 'ਚੋਂ ਖਣਿਜ ਅਤੇ ਹੋਰ ਧਾਤਾਂ ਲੱਭਣ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਸ਼ਲਾਘਾ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਮੁੰਦਰ ਹੇਠਲੇ ਸੋਮੇ ਅਰਥਚਾਰੇ ਨੂੰ ਮਜ਼ਬੂਤ ਬਣਾਉਣ 'ਚ ਅਹਿਮ ਯੋਗਦਾਨ ਦੇ ਸਕਦੇ ਨੇ। ਉਨ੍ਹਾਂ ਕਿਹਾ ਕਿ ਲੀਕ ਤੋਂ ਹਟ ਕੇ ਸੋਚਣ ਅਤੇ ਤਰੀਕਿਆਂ ਨਾਲ ਸਮਾਜ ਨੂੰ ਦਰਪੇਸ਼ ਮੌਜੂਦਾ ਵੱਖ ਵੱਖ ਚੁਣੌਤੀਆਂ ਦਾ ਢੁਕਵਾਂ ਹੱਲ ਲੱਭਿਆ ਜਾ ਸਕਦਾ ਹੈ। ਵਿਗਿਆਨਕ ਸੋਚ ਅਤੇ ਗਿਆਨ ਨੂੰ ਵਿਕਸਿਤ ਕਰਨ 'ਤੇ ਵੀ ਜ਼ੋਰ ਦਿੱਤਾ। ਨਾਇਡੂ ਨੇ ਆਸ ਪ੍ਰਗਟ ਕੀਤੀ ਕਿ ਡੂੰਘੇ ਸਮੁੰਦਰ 'ਚ ਚਲਾਈਆਂ ਜਾ ਰਹੀਆਂ ਮੁਹਿੰਮਾਂ ਸਦਕਾ ਭਾਰਤ ਸਮੁੰਦਰ ਸੂਚਨਾ ਤਕਨਾਲੋਜੀ ਦੇ ਖੇਤਰ 'ਚ
ਦੁਨੀਆ 'ਚ ਕਾਫੀ ਅੱਗੇ ਨਿਕਲ ਜਾਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਜਸ਼ਨਾਂ ਤਹਿਤ ਸੂਬੇ ਭਰ ਦੀਆਂ ਸੰਗਤਾਂ ਨੂੰ ਗੁਰੂ ਧਾਮ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਮੁਫ਼ਤ ਬੱਸ ਸੇਵਾ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਗਏ ਨੇ। ਸੈਰ ਸਪਾਟੇ ਬਾਰੇ ਮਹਿਕਮੇ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ 'ਚ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬਾ ਸਰਕਾਰ ਨੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ 5 ਤੋਂ 12 ਨਵੰਬਰ ਤੱਕ ਹਰ ਰੋਜ਼ 1500 ਬੱਸਾਂ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਲਿਜਾਉਣ ਲਈ ਚਲਾਉਣ ਦਾ ਫੈਸਲਾ ਲਿਆ ਏ। ਉਹਨਾਂ ਦੱਸਿਆ ਕਿ ਕਿਹੜੀਆਂ ਬੱਸਾਂ ਨੇ ਕਿਸ ਦਿਨ ਕਿੱਥੋਂ ਜਾਣਾ ਏ। ਇਸ ਬਾਰੇ ਪ੍ਰੋਗਰਾਮ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ SDM ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਨੇ। ਮੰਤਰੀ ਨੇ ਕਿਹਾ ਕਿ ਸੂਬੇ ਦੇ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਧਾਮ ਦੇ ਦਰਸ਼ਨ ਕਰਵਾਉਣ ਲਈ ਹਰ ਵਿਧਾਨ ਸਭਾ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਲੋੜ ਮੁਤਾਬਕ ਬੱਸਾਂ ਤਕਸੀਮ ਕੀਤੀਆਂ ਗਈਆਂ ਨੇ। ਕੌਮਾਂਤਰੀ ਮੁਦਰਾ ਕੋਸ਼ ਵੱਲੋਂ ਕੀਤੀ ਗਈ ਇੱਕ ਨਵੀਂ ਸੋਧ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਅਗਵਾਈ ਵਿੱਚ ਦੱਖਣ ਏਸ਼ੀਆ ਕੌਮਾਂਤਰੀ ਵਿਕਾਸ ਦਾ ਕੇਂਦਰ ਬਣਨ ਦੀ ਦਿਸ਼ਾ 'ਚ ਅੱਗੇ ਵੱਧ ਰਿਹਾ ਹੈ। IMF ਨੇ ਉਮੀਦ ਜਤਾਈ ਕਿ 2040 ਤੱਕ ਵਿਸ਼ਵ ਦੇ ਵਿਕਾਸ ਵਿੱਚ ਇਸ ਖਿੱਤੇ ਦਾ ਯੋਗਦਾਨ ਇੱਕ ਤਿਹਾਈ ਹੋ ਸਕਦਾ ਹੈ। ਦੱਸਣਾ ਯੋਗ ਏ ਕਿ ਵਿਸ਼ਵ ਮੁਦਰਾ ਕੋਸ਼ ਵੱਲੋਂ ਕੌਮਾਂਤਰੀ ਭੂਗੋਲਿਕ ਵੰਡ ਅਨੁਸਾਰ ਦੱਖਣ ਏਸ਼ੀਆ ਵਿੱਚ ਅਫਗਾਨਿਸਤਾਨ ਅਤੇ ਪਾਕਿਸਤਾਨ ਸ਼ਾਮਲ ਨਹੀਂ ਕੀਤਾ ਗਿਆ ਹੈ। ਮੁਦਰਾ ਕੋਸ਼ ਦੱਖਣ ਏਸ਼ੀਆ ਵਿੱਚ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਨ ਅਤੇ ਮਾਲਦੀਵ ਨੂੰ ਸ਼ਾਮਲ ਕਰਦਾ ਏ। ਵਿਸ਼ਵ ਮੁਦਰਾ ਕੋਸ਼ ਵੱਲੋਂ ਇਹ ਸੋਧ ਪੱਤਰ ਇਸ ਸਾਊਥ ਏਸ਼ੀਆ ਰੈਡੀ ਫੋਰ ਟੇਕਆਫ ਸਿਰਲੇਖ ਹੇਠ ਨਵੀਂ ਦਿੱਲੀ ਵਿੱਚ ਜਾਰੀ ਕੀਤਾ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਦੱਖਣ ਏਸ਼ੀਆ ਦੀ ਯੁਵਾ ਅਤੇ ਕੰਮਕਾਜ ਕਰਨ ਵਾਲੀ ਜਨਤਾ ਵੱਲੋਂ ਕੀਤੇ ਜਾਣ ਵਾਲੇ ਉਪਰਾਲਿਆਂ ਦੇ ਚੱਲਦਿਆਂ ਇਹ ਖੇਤਰ ਵਿਸ਼ਵ ਵਿਕਾਸ ਵਿੱਚ ਘੱਟੋ ਘੱਟ ਇੱਕ ਤਿਹਾਈ ਯੋਗਦਾਨ ਦੇਣ ਦੇ ਸਮਰੱਥ ਏ। ਵਿਸ਼ਵ ਮੁਦਰਾ ਕੋਸ਼ ਦੀ ਏਸ਼ੀਆ ਅਤੇ ਪ੍ਰਸ਼ਾਂਤ ਵਿਭਾਗ ਦੀ ਉਪ ਡਾਇਰੈਕਟਰ ਐਨੀਮੇਰੀ ਗੁਡਲੇ ਵੁਲਫ ਦਾ ਮੰਨਣਾ ਹੈ ਕਿ ਸਾਲ 2030 ਤੱਕ ਇਸ ਖੇਤਰ ਦੀ 15 ਕਰੋੜ ਤੋਂ ਵੱਧ ਵਸੋਂ ਰੁਜ਼ਗਾਰ ਹਾਸਲ ਕਰਨ 'ਚ ਕਾਮਯਾਬੀ ਹਾਸਲ ਕਰੇਗੀ। ਅਮਰੀਕਾ ਦਾ ਮੰਨਣਾ ਹੈ ਕਿ ਅੱਤਵਾਦੀ ਸੰਗਠਨ ਲਸ਼ਕਰ ਏ ਤੈਯਬਾ ਅਤੇ ਜੈਸ਼ ਏ ਮੁਹੰਮਦ ਤੋਂ ਭਾਰਤ ਨੂੰ ਲਗਾਤਾਰ ਖਤਰਾ ਏ। ਅਮਰੀਕਾ ਦਾ ਇਹ ਵੀ ਮੰਨਣਾ ਹੈ ਕਿ ਪਾਕਿਸਤਾਨ ਵੱਲੋਂ ਦਿੱਤੀ ਗਈ ਖੁੱਲ੍ਹ ਦੇ ਚੱਲਦਿਆਂ ਹੀ ਲਸ਼ਕਰ ਵਰਗੇ ਅੱਤਵਾਦੀ ਸੰਗਠਨ ਵੱਲੋਂ ਪਿਛਲੀਆਂ ਆਮ ਚੋਣਾਂ 'ਚ ਆਪਣੇ ਉਮੀਦਵਾਰ ਮੈਦਾਨ 'ਚ ਉਤਾਰੇ ਗਏ ਸਨ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਪ੍ਰਕਾਸ਼ਿਤ ਕੰਟਰੀ ਰਿਪੋਰਟਸ ਆਨ ਟੈਰੋਰਿਜ਼ਮ ਵਿੱਚ ਕਿਹਾ ਗਿਆ ਏ ਕਿ ਪਾਕਿਸਤਾਨ ਅੱਤਵਾਦ 'ਤੇ ਨੱਥ ਪਾਉਣ 'ਚ ਨਾਕਾਮ ਰਿਹਾ ਏ। ਇਸ ਦੇ ਨਾਲ ਨਾਲ ਉਹ ਮਨੀ ਲਾਂਡਰਿੰਗ ਨੂੰ ਰੋਕਣ 'ਚ ਵੀ ਪੂਰੀ ਤਰ੍ਹਾਂ ਨਾਕਾਮ ਰਿਹਾ ਏ। ਸੰਯੁਕਤ ਰਾਸ਼ਟਰ ਵੱਲੋਂ ਵਿਸ਼ਵ ਪੱਧਰੀ ਅੱਤਵਾਦੀ ਸੰਗਠਨ ਐਲਾਨੇ ਗਏ ਲਸ਼ਕਰ ਏ ਤੈਯਬਾ ਅਤੇ ਉਸਦੇ ਸਹਿਯੋਗੀ ਸੰਗਠਨਾਂ 'ਤੇ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਇਹ ਅਜੇ ਵੀ ਆਰਥਿਕ ਸਰੋਤਾਂ ਦੀ ਖੁੱਲ੍ਹ ਦਿਲੀ ਨਾਲ ਵਰਤੋਂ ਕਰ ਰਹੇ ਨੇ ਅਤੇ ਇਸ ਦੇ ਨਾਲ ਨਾਲ ਉਹ ਅੱਤਵਾਦੀ ਫੰਡ ਇਕੱਠੇ ਕਰਨ 'ਚ ਵੀ ਰੁੱਝੇ ਹੋਏ ਨੇ। ਅਮਰੀਕੀ ਵਿਦੇਸ਼ ਵਿਭਾਗ ਦੀ ਰਿਪੋਰਟ 'ਚ ਉਦਾਹਰਣ ਦੇ ਕੇ ਦੱਸਿਆ ਗਿਆ ਹੈ ਕਿ 2008 'ਚ ਮੁੰਬਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਲਸ਼ਕਰ ਏ ਤੈਯਬਾ ਅਤੇ ਇਸ ਦਾ ਸਹਿਯੋਗੀ ਅੱਤਵਾਦੀ ਸੰਗਠਨ ਜੈਸ਼ ਏ ਮੁਹੰਮਦ ਸਾਲ 2018 'ਚ ਵੀ ਭਾਰਤ ਅਤੇ ਅਫਗਾਨਿਸਤਾਨ ਨੂੰ ਨਿਸ਼ਾਨਾ ਬਣਾਉਣ ਅਤੇ ਇਹਨਾਂ 'ਤੇ ਹਮਲੇ ਕਰਨ 'ਚ ਸਮਰੱਥ ਰਿਹਾ ਏ। ਬੰਗਲਾਦੇਸ਼ ਦੀ ਟੀਮ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਮੌਜੂਦਾ 3 ਮੈਚਾਂ ਦੀ T20 ਲੜੀ 'ਚ 1-0 ਦੀ ਅਗੇਤ ਹਾਸਲ ਕਰ ਲਈ ਏ। ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਿੱਥੇ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 148 ਦੌੜਾਂ ਬਣਾਈਆਂ ਸਨ, ਜਿਸ ਵਿੱਚ ਸ਼ਿਖਰ ਧਵਨ ਨੇ 41, ਰਿਸ਼ਭ ਪੰਤ ਨੇ 27 ਅਤੇ ਸ਼੍ਰੀ ਜੈਸ਼ ਨੇ 22 ਦੌੜਾਂ ਦਾ ਯੋਗਦਾਨ ਪਾਇਆ। ਵਿੱਚ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਨੇ 3 ਗੇਂਦਾਂ ਬਾਕੀ ਰਹਿੰਦਿਆਂ 3 ਵਿਕਟਾਂ ਗੁਆ ਕੇ 154 ਦੌੜਾਂ ਬਣਾਉਂਦੇ ਹੋਏ ਜਿੱਤ ਦਰਜ ਕੀਤੀ। ਬੰਗਲਾਦੇਸ਼ ਦਾ ਮੁਸ਼ਫਿਕਰ ਰਹੀਮ 60 ਦੌੜਾਂ ਬਣਾ ਕੇ ਜੇਤੂ ਰਿਹਾ। ਲੜੀ ਦਾ ਅਗਲਾ ਮੈਚ 7 ਨਵੰਬਰ ਨੂੰ ਰਾਜਕੋਟ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਲਕਸ਼ਿਆ ਸੇਨ ਨੇ ਜਰਮਨੀ 'ਚ ਹੋਏ ਓਪਨ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਕੱਲ੍ਹ ਰਾਤ ਖੇਡੇ ਗਏ ਫਾਈਨਲ ਮੁਕਾਬਲੇ 'ਚ ਸੇਨ ਨੇ ਚੀਨ ਦੇ ਵਿੰਗ ਹਾਂਗਯਾਂਗ ਨੂੰ ਹਰਾਇਆ। ਵਿਸ਼ਵ ਦਰਜਾਬੰਦੀ 'ਚ 51ਵੇਂ ਸਥਾਨ 'ਤੇ ਚੱਲ ਰਹੇ ਲਕਸ਼ੇ ਦਾ ਵਿੰਗ ਨਾਲ ਮੁਕਾਬਲਾ ਤਕਰੀਬਨ 1 ਘੰਟਾ ਚੱਲਿਆ। 18 ਵਰ੍ਹਿਆਂ ਦੇ ਲਕਸ਼ੇ ਨੇ ਸੈਮੀਫਾਈਨਲ 'ਚ ਭਾਰਤ ਦੇ ਹੀ ਕਿਰਨ ਜਾਰਜ ਨੂੰ ਹਰਾਇਆ ਸੀ। ਅਤੇ ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।